ਬੰਦਾ ਪਿਆ ਸੀ ਮੱਠਾ ਤੇ ਇਹ ਵੇਖ ਕੇ ਤੁਸੀਂ ਹੁਣ ਨੈਗੇਟਿਵ ਕਮੈਂਟਸ ਨਹੀਂ ਕਰਨੇ ਜਾਂ ਨੈਗੇਟਿਵ ਕੁਛ ਐਸਾ ਨਹੀਂ ਸੋਚਣਾ ਕਿ ਹੈ ਕਿ ਰੋਜ਼ਾਨਾ ਰੋਜ਼ਾਨਾ ਉਹੀ ਚੀਜ਼ਾਂ ਸ਼ੇਅਰ ਕਰਦੀ ਜਾਣੀਆਂ ਤਾਂ ਬਈ ਕਿਆ ਸ਼ੇਅਰ ਕਰੇ ਇਹ ਚੀਜ਼ਾਂ ਹਮ ਲੋਗੋਂ ਨੇ ਸ਼ੇਅਰ ਕਰਨੀਆਂ ਨਾ ਆਪਣੀ ਰੈਗੂਲਰ ਰੂਟੀਨ ਸ਼ੇਅਰ ਕਰਨੀ ਹੁੰਦੀ ਹੈ ਔਰ ਆਪ ਲੋਗੋਂ ਸੇ ਬਾਤੇਂ ਕਰੇ ਤਾਂ ਉਹ ਵੀ ਬੁਰੀ ਲੱਗ ਜਾਤੀ ਹੈ ਸਭਕੋ ਖੈਰ ਜੋ ਵੀ ਹੈ ਮੇਰੀ ਇੱਕ ਕਿਊਟ ਫੈਮਿਲੀ ਪਿਆਰੀ ਸੀ ਬਣ ਗਈ ਹੈ ਜਿਸਕੇ ਲੀਏ ਮੁਝੇ ਇੱਧਰ ਆਉਣਾ ਪੜਤਾ ਹੈ ਮਤਲਬ ਅਗਰ ਇੱਕ ਦੋ ਦਿਨ ਮੈਂ ਆਫ ਵੀ ਕਰੂੰ ਤਾਂ ਆਪ ਲੋਗੋਂ ਕਾ ਪਿਆਰ ਮੁਝੇ ਦੁਬਾਰਾ ਸੇ ਇੱਧਰ ਲੈ ਆਤਾ ਹੈ ਅੱਛੀ ਸੀ ਐਡੀਟਿੰਗ ਕਰਤੀ ਹੂੰ ਔਰ ਸਾਥ ਮੇਂ ਵੋਇਸ ਓਵਰ ਕਰਤੀ ਹੂੰ ਔਰ ਫਿਰ ਵੀਡੀਓ ਅਪਲੋਡ ਕਰ ਦੇਤੀ ਹੂੰ ਅਸਲਾਮ ਅਲੈਕੁਮ ਮੈਂ ਯੂਟਿਊਬ ਫੈਮਿਲੀ ਕੈਸੇ ਹੈਂ ਆਪ ਸਭ ਹੋਪਫੁਲੀ ਸਭ ਠੀਕ ਠਾਕ ਹੋਂਗੇ ਖੁਸ਼ਬਾਸ਼ ਹੋਂਗੇ ਅਲਹਮਦੁਲਿਲਾ ਮੈਂ ਵੀ ਠੀਕ ਹੂੰ ਪਹਿਲੇ ਹਮ ਲੋਗੋਂ ਨੇ ਪੀ ਲਿਆ ਥਾ ਮੱਠਾ ਔਰ ਆਜ ਫਰੈਸ਼ ਦਹੀ ਵੀ ਆਇਆ ਥਾ ਤੋ ਪਰਾਠੇ ਕੇ ਸਾਥ ਦਹੀ ਵੀ ਖਾਣੇ ਕਾ ਮਜ਼ਾ ਆਤਾ ਹੈ ਗਰਮੀ ਮੈਂ ਆਪ ਲੋਗ ਟ੍ਰਾਈ ਕੀਜੀਏਗਾ ਲੇਕਿਨ ਸਾਥ ਮੇਂ ਅਗਰ ਸਾਲਨ ਹੋ ਜਾਂ ਅੰਡਾ ਬਣਾ ਲੇ ਆਮਲੇਟ ਬਣਾ ਲੇ ਫਿਰ ਮਜ਼ਾ ਆਤਾ ਹੈ ਸਿਰਫ ਦਹੀ ਔਰ ਪਰਾਠਾ ਖਾਣੇ ਕਾ ਮੁਝੇ ਨਹੀਂ ਮਜ਼ਾ ਆਤਾ ਮਤਲਬ ਜਸਟ ਮੀਠਾ ਮੀਠਾ ਮੁਝੇ ਅੱਛਾ ਨਹੀਂ ਲੱਗਤਾ ਨਾ ਥੋੜਾ ਸਾ ਨਮਕੀਨ ਘੀ ਸਪਾਈਸੀਸ ਅਭੀ ਲੇਕਿਨ ਵੀਵਰਸ ਆਪਸ ਕੀ ਬਾਤ ਹੈ ਨਾਸ਼ਤੇ ਮੇਂ ਬਹੁਤ ਜ਼ਿਆਦਾ ਸਪਾਈਸੀਸ ਵੀ ਖਾਣੇ ਕਾ ਜੀ ਨਹੀਂ ਚਾਹਤਾ ਮਤਲਬ ਬਹੁਤ ਜ਼ਿਆਦਾ ਮਿੱਠੀ ਵਾਲਾ ਸਾਲਨ ਹੋ ਤੋ ਵੋ ਨਹੀਂ ਹਮ ਖਾ ਸਕਤੇ ਤੇ ਹੈਰ ਆਪਣੀ ਆਪਣੀ ਮਰਜ਼ੀ ਹੋਤੀ ਹੈ ਜਿਸਨੇ ਜੋ ਖਾਣਾ ਹੋਤਾ ਹੈ ਵਹੀ ਖਾਣਾ ਹੋਤਾ ਹੈ ਮੈਂ ਤੋ ਆਪਣੀ ਬਾਤ ਆਪਕੋ ਬਤਾ ਰਹੀ ਹੂੰ ਇਧਰ ਨਾਸ਼ਤਾ ਯੈਸੇ ਕਹਿ ਰਹੇ ਥੇ ਮੈਨੇ ਪਰਾਠਾ ਨਹੀਂ ਵਹੀ ਖਾਣਾ ਹੋਤਾ ਪਰਾਠਾ ਆਫਟਰ ਅ ਵੀਕ ਮੈਂ ਖਾਤੀ ਹੂੰ ਤੋ ਆਜ ਮੈਨੇ ਨਹੀਂ ਖਾਣਾ ਥਾ ਔਰ ਜੋ ਮੱਠਾ ਬਣਾ ਰਹੀ ਹੂੰ ਵੋ ਵੀ ਮਾਸ਼ਾਅੱਲਾ ਮੈਨੇ ਬਈ ਸਟੀਵੀਆ ਉਸਮੇ ਐਡ ਕਰਨਾ ਸ਼ੁਰੂ ਕਰ ਦਿਆ ਹੋ ਮੈਂ ਕਿਹਾ ਚਲੋ ਜਿੱਥੋਂ ਚੀਨੀ ਕੱਟੋ ਇਹ ਕੱਟ ਕਰ ਲਓ ਬਾਕੀ ਮੈਂ ਚਾਏ ਮੈਂ ਵੀ ਸਟੀਵੀਆ ਯੂਜ਼ ਕਰਦੀ ਹੂੰ ਔਰ ਅਗਰ ਨਾ ਯੂਜ਼ ਕਰੂੰ ਤੋ ਆਪ ਲੋਗੋਂ ਕੋ ਮੇਰਾ ਚਾਏ ਬਣਾਨੇ ਕਾ ਪ੍ਰੋਸੈਸ ਪਤਾ ਹੀ ਹੈ ਕਿ ਹਾਫ ਮਗ ਮੈਂ ਕਹਿਵਾ ਲੈ ਲੈਤੀ ਹੂੰ ਔਰ ਹਾਫ ਮਗ ਮੈਂ ਜੋ ਸਭ ਕੇ ਲੀਏ ਚਾਏ ਬਣਤੀ ਹੈ ਵੋ ਸ਼ਾਮਿਲ ਕਰ ਲੈਤੀ ਹੂੰ ਮਤਲਬ ਚੀਨੀ ਬਿਲਕੁਲ ਹਾਫ ਕੁਆਂਟਿਟੀ ਮੈਂ ਆ ਜਾਤੀ ਹੈ ਔਰ ਵੈਸੇ ਵੀ ਆਪਕੋ ਪਤਾ ਹੈ ਚੀਨੀ ਇਤਨੀ ਹਾਰਮਫੁਲ ਹੈ ਹੈਲਥ ਕੇ ਲੀਏ ਆਪ ਲੋਗ ਸ਼ੱਕਰ ਯੂਜ਼ ਕਰ ਲਿਆ ਕਰੇਂ ਜਾਂ ਸਿਰ ਤਬ ਕਹਿ ਰਹੇ ਥੇ ਹਮਾਰਾ ਹਰ ਚੀਜ਼ ਮੈਂ ਨਾ ਸ਼ੱਕਰ ਸ਼ਾਮਿਲ ਕਰ ਲਿਆ ਕਰੋ ਲੇਕਿਨ ਮੈਂ ਹਰ ਚੀਜ਼ ਮੈਂ ਸ਼ੱਕਰ ਸ਼ਾਮਿਲ ਨਹੀਂ ਕਰ ਸਕਦੀ ਹੂੰ ਕਿਉਂਕਿ ਮੈਨੂੰ ਹਰ ਚੀਜ਼ ਮੈਂ ਉਸਕਾ ਟੇਸਟ ਡਿਵੈਲਪ ਨਹੀਂ ਹੁੰਦਾ ਔਰ ਬੱਚੋਂ ਕੋ ਤੋ ਬਿਲਕੁਲ ਵੀ ਹਰ ਚੀਜ਼ ਮੈਂ ਉਹ ਪਸੰਦ ਨਹੀਂ ਹੁੰਦੀ ਲੇਕਿਨ ਇਜ਼ੂ ਔਰ ਆਇਸ਼ਾ ਕੋ ਤੋ ਸ਼ੱਕਰ ਘੀ ਇਤਨਾ ਪਸੰਦ ਹੈ ਨਾ ਆਇਸ਼ਾ ਤੋ ਮੁਝੇ ਜਾਂ ਲੰਚ ਟਾਈਮ ਕਹਿਤੀ ਹੈ ਜਾਂ ਡਿਨਰ ਟਾਈਮ ਕਹਿਤੀ ਹੈ ਲੰਚ ਮੈਂ ਉਸਕੇ ਬ੍ਰੇਕਫਾਸਟ ਪੇ ਕਹਿ ਰਹੀ ਹੂੰ ਕਿਉਂਕਿ ਵੋ ਉੱਠਤੀ 12:30 ਵਜੇ ਤੱਕ ਅਬ ਬੱਚੇ ਸਕੂਲ ਸੇ ਆਨੇ ਵਾਲੇ ਹੋ ਜਾਤੇ ਹੈ ਤੋ ਬੱਚੋਂ ਕਾ ਲੰਚ ਹੋਤਾ ਹੈ ਤੋ ਭਈ ਕਭੀ ਲੰਚ ਹੀ ਹੋਤਾ ਹੈ ਜਾਂ ਤੋ ਲੰਚ ਮੇਂ ਜਾਂ ਡਿਨਰ ਮੇਂ ਉਸਨੇ ਨਾ ਆਇਲ ਮੇਂ ਸ਼ੱਕਰ ਡਾਲ ਕੇ ਜ਼ਰੂਰ ਖਾਣਾ ਹੋਤਾ ਹੈ ਵੋ ਘੀ ਕੋ ਆਇਲ ਕਹਿਤੀ ਹੈ ਮੈਂ ਸੇ ਬਤਾਤੀ ਵੀ ਹੂੰ ਕਿ ਯੇ ਦੇਸੀ ਘੀ ਹੈ ਬੇਟਾ ਆਇਲ ਨਹੀਂ ਹੋਤਾ ਲੇਕਿਨ ਵੋ ਕਹਿਤੀ ਆਇਲ ਹੈ ਲੋ ਜਨਾਬ ਇੱਕ ਦੋ ਚੀਜ਼ਾਂ ਤੁਹਾਨੂੰ ਵਹਾਂ ਲਾ ਲੀਆਂ ਸਨ ਕਿ ਦਰਾਜ਼ ਸੇ ਬੱਚੋਂ ਨੇ ਮੰਗਵਾਇਆ ਥਾ ਵੋ ਡਾਇਰਾ ਕੇ ਲੀਏ ਮਤਲਬ ਇਜ਼ੂ ਔਰ ਕਾਸਿਮ ਨੇ ਸਿਲੈਕਟ ਕੀਆ ਥਾ ਕਿ ਆਪਾਂ ਕੋ ਨਾ ਕੋਲਿਕ ਬੈਗ ਕੇ ਲੀਏ ਵੋਲਟ ਚਾਹੀਏ ਉਸੇ ਬੋਲਜਨ ਸੇ ਲਾ ਕੇ ਦੀਆ ਥਾ ਲੇਕਿਨ ਵੋ ਉਸੇ ਪਸੰਦ ਨਹੀਂ ਆਇਆ ਦਿਲ ਨੇ ਵੀ ਲਾ ਕੇ ਦੀਆ ਥਾ ਫਿਰ ਮੈਂ ਵੀ ਲੈ ਕੇ ਆਈ ਥੀ ਲੇਕਿਨ ਉਸੇ ਐਸਾ ਚਾਹੀਏ ਥਾ ਕੋਈ ਬਿਲਕੁਲ ਛੋਟਾ ਸਾ ਬੇਬੀਜ਼ ਵਾਲਾ ਦੇਖੇ ਨਾ ਕਿਤਾ ਪਿਆਰਾ ਸਾ ਛੋਟੇ ਸੇ ਬੱਚੋਂ ਵਾਲਾ ਦੇਖ ਲੈ ਬੇਸ਼ੱਕ ਬੱਚਾ ਕੋਲਿਕ ਗੋਇੰਗ ਹੋ ਜਾਏ ਲੇਕਿਨ ਉਸਕੀ ਚੋਇਸ ਵਹੀ ਰਹਤੀ ਹੈ ਤੋ ਹੈਰ ਯੇ ਇਨ ਲੋਗੋਂ ਨੇ ਮੰਗਵਾ ਲਿਆ ਥਾ ਯੇ ਆਪਕੋ ਦਿਖਾਨਾ ਥਾ ਅੱਛਾ ਭਈ ਯੇ ਆਈ ਥਿੰਕ 7.5-8 ਕਾ ਆਇਆ ਜਬਕਿ ਭੋਜਨ ਸੇ ਜੋ ਅਦਲ ਨੇ ਲਿਆ ਥਾ ਵੋ ਵੀ 2000 ਕੀ ਰੇਂਜ ਮੇਂ ਥਾ ਕਿਉਂਕਿ ਭਈ ਉੱਤੇ ਰੇਟਸ ਲਿਖੇ ਹੁੰਦੇ ਨੇ ਨਾ ਬੇਸ਼ੱਕ ਤੁਹਾਨੂੰ ਕੋਈ ਗਿਫਟ ਕਰੇ ਤੇ ਜੋ ਹਮਨੇ ਖੁਦ ਲਿਆ ਥਾ ਵੋ 1700 ਕਾ ਥਾ ਲੇਕਿਨ ਵੋ ਦੋਨੋਂ ਮੈਂ ਯੂਜ਼ ਕਰ ਰਹੀ ਹੂੰ ਤੋ ਅਬ ਆਇਰਾ ਯੇ ਕੋਲੇਜ ਲੈ ਕੇ ਜਾ ਰਹੀ ਹੈ 2-3 ਦਿਨ ਸੇ ਅੱਛਾ ਹੈ ਹੈਂਡੀ ਸਾ ਆਇਆ ਦੇਖੇ ਨਾ ਭਈ ਆਪ ਸਾਰੀ ਵੀਡੀਓ ਦੇਖਾ ਕਰੇ ਲਾਸਟ ਤੱਕ ਸਾਥ ਰਹਾ ਕਰੇ ਵੀਡੀਓ ਕੋ ਸਕਿਪ ਕਰਕੇ ਨਾ ਦੇਖਾ ਕਰੇ ਔਰ ਲਾਈਕ ਕਰਨਾ ਨਾ ਭੁਲਾ ਕਰੇ ਔਰ ਜੋ ਲੋਗ ਨਏ ਹੈ ਮੇਰੀ ਵੀਡੀਓ ਪੇ ਅੱਜ ਫਸਟ ਟਾਈਮ ਮੇਰਾ ਵੀਲੌਗ ਦੇਖ ਰਹੇ ਹੈ ਵੋ ਜਲਦੀ ਸੇ ਮੇਰੇ ਚੈਨਲ ਕੋ ਸਬਸਕ੍ਰਾਈਬ ਕਰ ਲੇ ਆਪਕੋ ਮੇਰੇ ਚੈਨਲ ਪੇ ਬਹੁਤ ਇੰਟਰਸਟਿੰਗ ਵੀਲੌਗ ਮਿਲੇਂਗੇ ਔਰ ਸਾਥ ਮੇਂ ਮਜ਼ੇਦਾਰ ਸੀ ਰੈਸਿਪੀ ਯੇ ਰਾਈਟ ਹੈਂਡ ਸਾਈਡ ਪੇ ਛੋਟੀ ਜਿਹੀ ਟਿੱਲੀ ਇਹਨੂੰ ਵੀ ਦਬਾ ਦਿਓ ਤਾਂ ਕਿ ਨਈ ਆਨੇ ਵਾਲੀ ਵੀਡੀਓ ਕਾ ਨੋਟੀਫਿਕੇਸ਼ਨ ਆਪਕੋ ਮਿਲ ਜਾਏ ਔਰ ਆਪ ਫੌਰਨ ਸੇ ਪਹਿਲੇ ਮੇਰੀ ਵੀਡੀਓ ਦੇਖ ਲੇ ਇੰਸਟਾਗ੍ਰਾਮ ਔਰ ਟਿਕਟੋਕ ਪੇ ਵੀ ਫੋਲੋ ਕਰ ਲੇ ਆਪਣੇ ਫਰੈਂਡ ਐਂਡ ਫੈਮਿਲੀ ਸੇ ਵੀ ਸ਼ੇਅਰ ਕਰੇ ਮੇਰੇ ਚੈਨਲ ਕੋ ਔਰ ਐ ਵੇਖੋ ਜੀ ਐ ਆਈਓਸੀ ਥੋੜੀ ਜਿਹੀ ਸਟੇਸ਼ਨਰੀ ਅੱਛਾ ਮੈਂ ਇਧਰ ਉਧਰ ਵੀ ਹੂੰ ਨਾ ਬੱਚੋਂ ਕੋਈ ਹੋਤਾ ਹੈ ਕਿ ਪਹਿਲੇ ਹਮਨੇ ਵੀਡੀਓ ਬਣਾਨੀ ਹੈ ਮੁਹੰਮਦ ਕਾਸਿਮ ਔਰ ਆਇਸ਼ਾ ਵੀ ਕੋਈ ਵੀ
चीज नहीं है अपने बैग में रखने से पहले, उन्हें ये होता है भाई पहले वीडियो बना लें तो फिर हम लेंगे ना। ये आई थिंक मोहम्मद कासिम और आयरा की सब चीजें थी, तो पहले इन लोगों ने वीडियो बना ली और फिर बाद में अपनी अपनी चीजें ले ली। हाइलाइटर्स आयरा ने मंगवाए। और ये जो सिरिंज पड़ी हुई है, ये आप ये नहीं सोचिएगा कि पता नहीं किसी को इंजेक्शन लगाना है। जो पढ़ने वाले बच्चे हैं अगर मेरा व्लॉग देखते हैं, या मदर्स को भी सारी बातें पता होता है अपने बच्चों की, सारी स्टेशनरीज का, पेंस का, मार्कर्स का, ये जो पेन है ना इनके कंटेनर्स में इस सिरिंज से ये लोग इंक फिल करते हैं। तो यह भी आई थिंक एक हफ्ते बाद इन्होंने नवी लियानी पहनी है। और अब माशाल्लाह मोहम्मद कासिम खुद ही सब चीज़ें ले आता है। अल्हम्दुलिल्लाह मेरा बेटा बड़ा हो गया, अल्लाह जिंदगी तंदुरुस्ती वाला करे। नहीं तो कभी किसी को कुछ कहना पड़ता था, कभी किसी को, आपको पता ही ऐसे की जॉब है तो जॉब वाला बंदा इतनी ज़्यादा ड्यूटीज नहीं दे सकता, मतलब उन्हें सुबह से शाम तक इतने ज़्यादा वो बिजी होते हैं कि मेरा भी नहीं दिल चाहता कि मैं बार बार उन्हें काम कहूँ। लेकिन अब मोहम्मद कासिम माशाल्लाह इतनी हेल्प करता है ना, तो खुद ही सब चीज़ें ले आता है माशाल्लाह माशाल्लाह। और अगर अबू जी घर हों तो फिर मुझे कहता है मम्मा अबू जी घर हैं, मैं उनके साथ चला जाऊँ। मैं फिर कहती हूँ हाँ जी ठीक है चले जो, पहले भी तो आप अबू जी के साथ ही जाके लाते होते, मतलब मोस्टली चीज़ें ना पापा इन्हें ले देते हैं। अपने दादा अबू को मेरे बच्चे अबू जी कहते हैं, और मैं पापा इसलिए कहती हूँ कि यासिर भी अपने अबू जी को ना पापा कहते हैं, डैड्स पे मैं उन्हें पापा कहती हूँ। लेकिन मैंने अपने बच्चों को वेरी फर्स्ट डे से यही बताया कि अबू जी और अम्मी जी, अबू जी और अम्मी जी में ज़्यादा अपनाइयत है, मुझे पापा मामा वर्ड अच्छा नहीं लगता ना। लो जनाब इधर बन रही हैं कीमे वाली टिक्कियाँ, कीमे वाले कबाब कह लें या कटलेट्स कह लें, असी तेनू कीमे वाली टिक्कियाँ कहने हैं। और मुझे ये इतनी पसंद है ना भाई, साथ में मैंने आलू अंडे का सालन बना लिया था, साथ में टिक्कियाँ बना ली थी और रोटियाँ बना ली थी। रोटियाँ मैंने पहले बना के रख ली कि गैस चली जानी है, क्योंकि गैस का भी तो डर होता है ना, 9:15 गैस एकदम से गायब हो जाती है। एक चूल्हे पे दूध बॉयल हो रहा था, दूसरे चूल्हे पे मैंने रोटियाँ बना ली, उससे पहले मैंने आलू अंडे बनाए, तो गैस तो भाई टाइम पे जाती है, उन्हें क्या पता हो मैंने टिक्कियाँ बनानी है या रोटियाँ बनानी है। अच्छा इधर टिक्कियों को शेप यासे देते जा रहे थे, मैं सिर्फ इन्हें पकाती जा रही थी, क्योंकि मेरे हाथों पे मिर्ची लग जाती है अगर मैं ग्लव्स के बगैर बनाऊँ। और ग्लव्स के साथ ये वाली टिक्कियाँ बनानी ना ज़रा मुश्किल होती हैं, क्योंकि हमने घी में उसी टाइम रखनी होती हैं, तो वो फिर छींटे ग्लव्स पर पड़ती हैं तो उससे हाथ जल जाता है। तो मोस्टली यासे ही मुझे बना देते हैं माशाल्लाह, उन्होंने तवे पर डाल दी थी और मैंने बना ली थी, मतलब मैं पका ली आसन। अब मीठे च कुछ नहीं सी, खाना खाने के बाद यासे चले गए फौरन फलूदा लेने, कुल्फा फलूदा बहुत मजे का एक जगह से लाते होते हैं यहाँ से, तो बस वो हमने खा लिया। मेरा आज का व्लॉग आपको कैसा लगा मुझे कमेंट्स में ज़रूर बताएं। और चलें एक दफ़ा फिर कह देती हूँ, अगर अभी तक भी मेरे चैनल को सब्सक्राइब नहीं किया तो भाई सब्सक्राइब कर लें, मुझे आप लोगों की सपोर्ट की बहुत ज़्यादा ज़रूरत है। सब्सक्राइबर मुझे बहुत ज़्यादा चाहिए और अच्छे अच्छे से व्यूज़ चाहिए। आप लोग फुल वीडियो देखा करें, वीडियो को स्किप नहीं किया करें, इसी तरह आप लोगों की सपोर्ट मुझे चाहिए। इतने प्यारे प्यारे से जो मेरे सब्सक्राइबर्स हैं, इतने ही अल्लाह ताला और सब्सक्राइबर बढ़ा दे और आहिस्ता आहिस्ता फिर बढ़ते जाएंगे इंशाल्लाह ताला, क्योंकि भाई मेहनत फल जरूर मिलता है, इस बात पे मुझे यकीन है। लेकिन मेरी जॉब का पार्ट है ना कि ये मैं आप लोगों को कहा करूँ, रिक्वेस्ट किया करूँ, इस वास्ते वही तुसी कर दिया करो ते है ना, क्या करो है कि ये कहती रहती है, हर कोई कहता है। माशाल्लाह जिनके मिलियंस में भी सब्सक्राइबर्स हैं वो भी हर वक्त ये बात करते रहते हैं कि चैनल को जल्दी से सब्सक्राइब कर लें, क्योंकि मैं भाई बड़े प्यारे प्यारे बड़े बड़े यूट्यूबर्स को देखती हूँ, उन्हें फॉलो करती हूँ, क्योंकि इंशाल्लाह हमारा यासिर भी इंशाल्लाह इंशाल्लाह उन्हीं यूट्यूबर्स में से एक होंगी बहुत जल्दी। मिलते हैं अपनी नेक्स्ट वीडियो में, अपना बहुत सारा ख्याल रखिएगा, अपनी दुआओं में मुझे याद रखिएगा। अल्लाह हाफिज़।